ਅੱਜ ਕਿੱਥੇ ਲੈ ਕੇ ਆਏ ਆ? ਅਸੀਂ ਆਏ ਆ ਸੀਨਾ, ਸੀਨਾ ਇੱਥੇ ਬਹੁਤ ਮਸ਼ਹੂਰ ਜਗ੍ਹਾ ਆ। ਇਹਨਾਂ ਦਾ ਮੇਨ ਸਕੁਐਰ ਆ, ਉਹਨੂੰ ਪਿਆਸਾ ਜਾਂ ਚਾਂਪੋ ਵੀ ਸਕਦੇ ਆ। ਸਭ ਤੋਂ ਮਸ਼ਹੂਰ ਜਗ੍ਹਾ, ਉੱਥੇ ਪੁਰਾਣੇ ਦਿਨਾਂ 'ਚ ਮਾਰਕੀਟ ਵਾਲੇ ਆਉਂਦੇ ਹੁੰਦੇ ਸੀਗੇ, ਤਾਂ ਇਹਨਾਂ ਨੇ ਬਣਾਇਆ ਸੀ। ਪਰ ਆਹ ਜਗ੍ਹਾ ਹੀ ਦੇਖੋ, ਦੇਖੋ ਕਮਾਲ ਦੀ, ਇੱਥੇ ਹੁਣ ਥੱਲੇ ਲਿਜਾ ਰਹੀ ਹੈ ਪੌੜੀਆਂ, ਦੇਖੋ ਆਹ ਕਮਾਲ। ਵਾਹ ਜੀ ਵਾਹ, ਪੌੜੀਆਂ, ਰੈਸਟੋਰੈਂਟ ਵੀ ਨਾਲ ਹੀ ਆ। ਲੋਕੀ ਖਾਂਦੇ ਪੀਂਦੇ ਕੀ ਖਾਂਦੇ, ਇੱਥੇ ਹਵਾ ਵੀ ਕਿੰਨੀ ਸੋਹਣੀ ਆਉਂਦੀ ਹੈ, ਮੌਜ ਮਾਰਦੇ ਦੇਖੋ। ਪਰ ਆਹ ਦੇਖੋ, ਵਾਹ ਜੀ ਵਾਹ, ਅੰਦਰ ਦਾ ਵਧੀਆ ਲੱਗਦਾ ਐਨ। ਥੱਲੇ ਦੇਖੋ ਖੁੱਲੀ ਜਗ੍ਹਾ, ਸਕੁਐਰ ਆ। ਸਕੁਐਰ ਤਾਂ ਨਹੀਂ ਕਿਉਂਕਿ ਸਕੁਐਰ ਦਾ ਚੌਰਸ ਹੁੰਦਾ ਆ, ਇਹਨਾਂ ਨੇ ਥੋੜ੍ਹਾ ਅਲੱਗ ਸਟਾਈਲ ਦਾ ਸ਼ੇਪ ਬਣਾਇਆ ਆ। ਆਇਆ ਸੀ ਇਹਨਾਂ ਦੀ ਖਾਸ ਜਗ੍ਹਾ, ਇੱਥੇ ਤੁਹਾਨੂੰ ਚਰਚ ਵੀ ਮਿਲੂਗੀ, ਟਾਵਰ ਦੇਖੋ ਕਮਾਲ ਦਾ। ਇੱਥੇ ਖਾਣ ਵਾਲੀਆਂ ਜਗ੍ਹਾ ਆਸੇ ਪਾਸੇ ਕਿੰਨੀਆਂ ਦਾ ਬਹੁਤ ਆ, ਇੱਥੇ ਰੈਸਟੋਰੈਂਟ ਪੀਜ਼ਾ ਵਾਲੇ ਹੈਗੇ ਆ। ਉਹ ਮਾਰਕੀਟ 'ਚ ਵੀ ਲੱਗੀ ਗਾਂ ਜਾ ਕੇ ਛੋਟੀ ਜੀ, ਦੇਖਦੇ ਉਹ ਵੀ ਦੇਖ ਕੇ ਆਉਂਦੇ ਆ, ਵੇਚਦੇ ਆ ਕਿਉਂਕਿ ਵੇਚਦੇ ਆ। ਤਾਂ ਲੋਕੀ ਦੇਖੋ ਬੈਠੇ ਆ, ਆਮ ਹੀ ਬੈਠੇ ਇੱਥੇ ਮੌਜ ਮਾਰਦੇ, ਟਾਈਮ ਪਾਸ ਆਪਣਾ ਕਰਦੇ ਆ। ਤਾਂ ਦੇਖੋ ਇੰਜੋਏ ਕਰਦੇ ਲੋਕੀ, ਹੁਣ ਤੁਹਾਡੀ ਲੱਤ ਫੜੀ ਉਹ। ਤਾਂ ਕਾਫੀ ਹੈ ਪੁਰਾਣੀ ਇਤਿਹਾਸਿਕ ਬਿਲਡਿੰਗ, ਆਪਣੇ ਤਾਂ ਹੁਣ ਇੱਥੇ ਕਾਰਾਂ ਕੂਰਾਂ ਖੜੀਆਂ ਹੋਣੀਆਂ ਸੀ, ਵਿੱਚ ਅੱਧੇ ਵੱਜਦੇ ਹੋਰਨ ਵੱਜਦੇ ਹੋਣੇ ਸੀ, ਕਿਸੇ ਨੇ ਉਹ ਕੋਠੀ ਬਣਾਈ ਹੋਣੀ ਸੀ, ਇੱਥੇ ਉਹ ਫੁੱਟਬਾਲ ਦੀ ਟੈਂਕੀ ਲਾਈ ਹੋਣੀ ਸੀਗੀ। ਸਹੀ ਗੱਲ ਹੈ, ਫੁੱਟਬਾਲ ਦੀ ਟੈਂਕੀ, ਸੱਚ ਬੋਲ ਰਿਹਾ ਮੈਂ, ਜਹਾਜ਼ ਦੀ ਟੈਂਕੀ, ਜਹਾਜ਼ ਦੀ ਟੈਂਕੀ, ਫੁੱਟਬਾਲ ਦੀ ਟੈਂਕੀ, ਉਹ ਆਹ ਹੀ ਰਿਵਾਜ਼ ਆ ਅੱਜ ਕੱਲ੍ਹ ਚੱਲਿਆ, ਅੱਜ ਕੱਲ੍ਹ ਨਹੀਂ ਕਈ ਚਿਰ ਦਾ ਚੱਲਦਾ ਹੈਗਾ ਆ। ਆਹ ਹੁੰਦਾ ਆਪਣੀ ਬਿਲਡਿੰਗ ਸਾਂਭਣੀ, ਕਲਚਰ ਸਾਂਭਣਾ। ਦੇਖੋ ਕਿੰਨੀ ਪੁਰਾਣੀ ਜਗ੍ਹਾ, ਆਪਾਂ ਇਸ ਇੱਥੇ ਛੋਟੀ ਜਿਹੀ ਮਾਰਕੀਟ ਵੀ ਲਾਈ ਹੋ, ਕਿਸੇ ਨੇ ਇੱਥੇ ਵੇਚਦੇ ਆ, ਟੂਰਿਸਟ ਆਉਂਦੇ ਹੁੰਦੇ ਤਾਂ ਖਰੀਦਦੇ ਆਪਣਾ ਟੀ ਸ਼ਰਟ, ਹੁਡੀਜ਼, ਟੋਪੀਆਂ। ਉਹਨਾਂ ਨੇ ਐਪਰਨ ਵੀ ਹੈਗੇ ਆ, ਐਪਰਨ ਵੀ ਹੈਗੇ, ਜਿਹੜਾ ਬਣਾਉ ਪਾ ਕੇ ਪੈਸਟਾ, ਖਾਣਾ ਖੁਣਾ ਬਣਾਉਣਾ ਹੁੰਦਾ ਜਿਹੜੇ ਖਾਣੇ ਦੇ ਸ਼ੌਕੀਨ ਕਰਨੀ ਹੈ। ਪਰ ਲੋਕੀ ਜਿਹੜੇ ਟੂਰਿਸਟ ਆਏ ਆ ਇੱਥੇ ਕੁਛ ਲੈ ਜਾਂਦੇ ਆ, ਉਧਰ ਘੁੰਮ ਗਏ ਪਿਛਲੇ ਪਾਸੇ ਵੀ ਸ਼ੌਪਸ ਹੈਗੇ, ਰਿਸ਼ਤੇਦਾਰਾਂ ਲਈ ਕੁਛ ਖਰੀਦ ਲੈਂਦੇ ਆ। ਤਾਂ ਹਾਂਜੀ ਬਸ ਸਕਾਫ, ਇਹ ਉਸ ਤਰ੍ਹਾਂ ਦੇ ਸ਼ਾਲ ਵੀ ਹੈਗੇ ਜਿਸ ਨਹੀਂ, ਇਹ ਤਾਂ ਗਲੇ ਚ ਪਾਉਣ ਵਾਲੇ ਸਕਾਫ ਤੇ ਹੀ ਬਸ, ਉਹਨਾਂ ਦੇ ਵਧੀਆ ਲੱਗਦੇ ਸੀਗੇ। ਆਈ ਲਵ ਇਟਲੀ, ਆਈ ਲਵ ਜਿਹਨੇ ਆਈ ਲਵ ਇਟਲੀ ਦਿਖਾਉਣਾ ਹੋਵੇ, ਇਸੇ ਰੀਤ ਦਿਖਾਉਣਾ ਹੋਵੇ, ਇਟਲੀ ਨਾਲ ਬਹੁਤ ਪਿਆਰ ਹੈਗਾ ਹੈ। ਇਹਨਾਂ ਨੇ ਫਵਾਰੇ ਵੀ ਬਣਾਏ ਆ, ਮੈਨੂੰ ਚੇਤਾ ਰੋਮ ਦੇ ਵਿੱਚ ਇਦਾਂ ਦੇ ਬਹੁਤ ਆ, ਰੋਮ ਦੇ ਵਿੱਚ ਟ੍ਰੈਵੀ ਫਾਉਂਟਨ ਹੈਗਾ ਆ, ਉੱਥੇ ਬਹੁਤ ਹੀ ਇਦਾਂ ਦੇ, ਇੱਥੇ ਮੈਂ ਦੇਖਿਆ ਲੋਕੀ ਆਪਣੇ ਪੈਸੇ ਵੀ ਸੱਟਦੇ ਆ, ਕਿਉਂਕਿ ਇੱਥੇ ਫੈਂਸ ਹੈਗੀ ਆ, ਇੱਕ ਇੱਕ ਬੰਦੇ ਨੇ ਤਾਂ ਦੋ ਤਿੰਨ ਦੇ ਪੈਸੇ ਥੱਲੇ ਇੱਥੇ ਫਾਉਂਟਨ ਦੇ ਵਿੱਚ ਗਏ ਨਹੀਂ, ਫਾਉਂਟਨ ਦੇ ਵਿੱਚ ਸੱਟਦੇ ਹੁੰਦੇ ਲੱਕ ਲਈ, ਲੱਕ ਦੇ ਲਈ ਇੱਥੇ ਪੈਸੇ ਸੱਟਦੇ ਹੁੰਦੇ, ਲੱਕ ਦੇ ਲਈ ਜੇ ਕੁਛ ਤੁਹਾਡੀ ਕਿਸਮਤ ਠੀਕ ਨਹੀਂ ਚੱਲ ਰਹੀ ਆ, ਇਗਜ਼ਾਮ ਫੇਲ ਹੋ ਰਹੇ ਆ, ਰਿਸ਼ਤਾ ਨਹੀਂ ਆਉਂਦਾ ਆ, ਜਾਂ ਘਰ ਵਾਲਾ ਤੰਗ ਕਰਦਾ ਹੈ, ਘਰ ਵਾਲਾ ਤੰਗ ਕਰਦਾ, ਜਾਂ ਘਰ ਵਾਲੀ ਤੰਗ ਕਰਦੀ ਹੈ, ਜਾਂ ਸੱਸ ਕਰਦੀ ਤੰਗ, ਜਾਂ ਸਹੁਰਾ ਤੰਗ ਕਰਦਾ, ਜਾਂ ਕੋਈ ਹੋਰ ਕਰਦਾ, ਜਾਂ ਤੁਹਾਡੀ ਨਨਾਣ ਤੁਹਾਨੂੰ ਤੰਗ ਕਰਦੀ, ਜਾਂ ਦੋਸਤ ਕਰਦੇ ਤੰਗ, ਮੇਰੇ ਜਾ ਕੇ ਪੈਸੇ ਸਿੱਟੋ, ਕਾਫੀ ਜਗ੍ਹਾ ਤੋਂ ਹੋ ਸਕਦੀ ਥਾ ਕੇ ਪੈਸਾ ਸਿੱਟੋ, ਤਾਂ ਤੁਹਾਡੀ ਤਕਲੀਫ ਤੰਗੀ ਦੂਰ ਹੋ ਜੂ, ਦੂਰ ਹੋ ਜਾਂਦੀਆਂ ਹੈਗੀਆਂ। ਇੱਥੇ ਵੈਸੇ ਰਿਵਾਜ਼ ਆ ਹੀ ਆ, ਆਪਣੇ ਆਪਣੇ ਤਾਂ ਬਾਬੇ ਹੁੰਦੇ, ਅਸੀਂ ਬਾਬੇ ਜਾ ਕੇ ਆਪਣੇ ਪੈਸੇ ਫੂਕ ਸਕਦੇ ਹਾਂ ਤਾਂ ਆਪਣਾ ਮਜ਼ਾਕ ਬਣਾ ਸਕਦੇ ਹਾਂ, ਪਰ ਇੱਥੇ ਆਪਣੇ ਪੈਸੇ ਸਿੱਟੋ ਤਾਂ ਤੁਹਾਡਾ ਜੋ ਵੀ ਮੁਸ਼ਕਲਾਵਤਾਂ ਹੈਗੀਆਂ ਆ ਉਹਦਾ ਹੱਲ ਇੱਥੇ ਲੱਭ ਹੋ ਜਾਂਦਾ ਆ ਇਸ ਫਾਊਂਟਨ 'ਚ। ਰੈਸਟੋਰੈਂਟ ਤਾਂ ਬਹੁਤ ਦੇਖਦੇ ਪਰ ਜਾ ਕੇ ਦੇਖੀ ਤਾਂ ਸਹੀ, ਉਹ ਦਿੰਦੇ ਕੀ ਹੈ, ਆ ਦੇਖਦੇ ਕੀ ਹੈਗਾ ਕੀ ਉੱਥੇ, ਕਿਉਂਕਿ ਇੱਥੇ ਦੁਕਾਨਾਂ ਵੀ ਬਹੁਤ ਆ, ਇੱਕ ਪਾਸੇ ਤੋਂ ਸ਼ੁਰੂ ਹੋ ਜਾਂਦੇ ਆ, ਤਾਂ ਦੇਖਦੇ ਅੱਗੇ ਕੀ ਹੈਗਾ ਆ, ਚੱਕਰ ਕੱਢ ਜਾਂਦੇ ਆ ਸਕੁਐਰ ਦਾ, ਕਿਉਂਕਿ ਜਿਹਨਾਂ ਨੇ ਆਉਣਾ ਹੋਇਆ ਉਹ ਪਹਿਲਾਂ ਹੀ ਦੇਖ ਸਕਦੇ ਆ ਕਿ ਇੱਥੇ ਹੈਗਾ ਕੀ ਆ, ਤਾਂ ਫਿਰ ਦੇਖ ਉੱਥੇ ਤਾਂ ਉੱਤੇ ਟੰਗ ਹੋਏ ਲੋਕੀ, ਆ ਜੀ ਵਾ, ਖਾਣਾ ਮਿਲਣਾ ਤਾਂ ਲੈ ਕੇ ਉੱਤੇ ਚੜ੍ਹ ਗਏ, ਉੱਤੇ ਬਾਹਰ ਹੋ ਗਈ ਮੈਨੂੰ ਲੱਗਦਾ, ਰੈਸਟੋਰੈਂਟ ਆ ਇੱਥੇ ਸਾਈਡ 'ਤੇ, ਵਾਹ ਜੀ ਵਾਹ, ਤਾਂ ਹੀ ਉੱਤੇ ਟੰਗ ਹੋਏ। ਪੀਜ਼ੇ ਦਾ ਪ੍ਰਾਈਸ ਵੀ ਲਿਖਿਆ ਹੈ, 5 ਯੂਰੋ ਦਾ ਪੀਜ਼ਾ ਮਿਲਦਾ ਹੈ, ਮਾਰਗਰੀਟਾ ਮਿਲਦੀ ਹੈ, ਮਾਰਗਰੀਟਾ ਪੀਜ਼ਾ। ਇੱਥੇ ਪਨੀਨੀਆਂ ਮਿਲਦੀਆਂ ਅੰਦਰ, ਪਨੀਨੀ ਦੇ ਸੈਂਡਵਿਚ, ਰੋਲ ਜਿਹਨੇ ਲੈਣੇ ਹੁੰਦੇ ਆ, ਤੁਹਾਨੂੰ ਦਿਖਾਉਂਦੇ ਵੈਸੇ
क्योंकि कई लोग सोचते बस पास्ता तो पिज्जा ही मिलता पर इतने रोल भी मिलते इतने मीट मैं देखे बहुत पाते है ना काफी कुछ मिलता है तो इतने इधर गली जी च भी जाके गां रेस्टोरेंट है रेस्टोरेंट तो इतने बहुत है टूरिस्ट प्लेस है ना खुला खुला भी लगता है लोग बहुत आते बाहरों इतने मैं लगता 90% बाहर नहीं होने इतने क्योंकि पता लग जाता है कैमरे भी देखो कैमरा सस्ता नहीं है इस बंदे ने लिया एक होर सुवनर शॉप आ गई इतने भी लगता उसके फ्लैग दसते हैं मी पाया हूं मौसम थोड़ा जा गर्म हो गया गर्मी आ गई है ਇੱਥੋਂ ਲੋਕ ਦੇਖ ਆਪਣੀਆਂ ਫੋਟੋਆਂ ਖਿੱਚਦੇ ਆ ਕੌਫੀਆਂ ਦੇ ਨਾਲ ਕੌਫੀ ਦੇ ਨਾਲ ਇੰਜੋਏ ਕਰਦੇ ਆ ਇਹ ਦੱਸਾਂ ਕਿਸੇ ਕਿਸ ਤਰ੍ਹਾਂ ਦੀ ਜਗ੍ਹਾ ਲੱਗਦੀ ਮੈਨੂੰ ਜਿੱਥੇ ਮੈਡ੍ਰਿਡ ਉਹਨਾਂ ਮੇਨ ਸਕੁਆਇਰ ਹੈਗਾ ਸੋਹਣਾ ਇਦਾਂ ਦੇ ਸਟਾਈਲ ਜਿਹੜੇ ਰੈਸਟੋਰੈਂਟ ਹੈਗੇ ਆ ਵੈਸੇ ਇੱਕ ਗੱਲ ਹੈ ਕਿ ਅਸਲੀ ਹੁਣ ਵਧੀਆ ਰੈਸਟੋਰੈਂਟ ਖਾਣੇ ਹੋਵੇ ਇੱਦਾਂ ਦੀ ਜਗ੍ਹਾ 'ਤੇ ਨਾ ਜਾਵੇ ਖਾਣ ਲਈ ਕਿਉਂਕਿ ਇੱਥੇ ਸਭ ਟੂਰਿਸਟ ਜਾਂਦੇ ਆ ਇੱਥੇ ਜਾਵੇ ਜਿੱਥੇ ਲੋਕਲ ਲੋਕ ਜਾਂਦੇ ਤੁਹਾਨੂੰ ਬਾਹਰ ਜਾਣਾ ਪੈਂਦਾ ਆ ਜਿਹੜੀਆਂ ਗਲੀਆਂ ਹੈਗੀਆਂ ਤੁਹਾਨੂੰ ਹੋਰ ਜਗ੍ਹਾ ਲੈ ਜਾਂਦੀਆਂ ਬਾਹਰ ਲੈ ਜਾਂਦੀਆਂ ਤਾਂ ਉੱਥੋਂ ਅਸਲੀ ਖਾਣਾ ਮਿਲਦਾ ਆਪਾਂ ਵੀ ਉੱਥੇ ਜਾ ਕੇ ਦੇਖਦੇ ਆਹ ਚੱਕਰ ਕੱਢ ਲਿਆ ਆ ਮੇਨ ਸਕੁਐਰ ਦਾ ਦਿਖਾਉਣ ਲਈ ਕਿ ਇੱਥੇ ਸੀਨਾ ਸ਼ਹਿਰ 'ਚ ਕੀ ਹੈਗਾ ਇਟਲੀ ਦੇ ਵਿੱਚ ਇਹ ਮੇਨ ਅਟਰੈਕਸ਼ਨ ਇਹਨਾਂ ਦੀ ਮੇਨ ਸਾਈਟ ਇਹਨਾਂ ਦੀ ਆਹੀ ਲੋਕ ਜ਼ਿਆਦਾਤਰ ਇੱਥੇ ਹੀ ਆਉਂਦੇ ਹੁੰਦੇ ਕਿਉਂਕਿ ਇੱਥੇ ਚਰਚ ਵੀ ਹੈਗੀ ਆ ਟਾਵਰ ਵੀ ਹੈਗਾ ਆ ਤਾਂ ਇਤਿਹਾਸਿਕ ਬਿਲਡਿੰਗਸ ਆ ਤਾਂ ਆ ਸੀਗਾ ਸਾਡਾ ਸੀਨਾ ਸੈਂਟਰਲ ਸੀਨਾ ਦਾ ਵਲੌਗ ਉਮੀਦ ਹੈ ਕਿ ਵਧੀਆ ਲੱਗਿਆ ਜੇ ਤੁਹਾਨੂੰ ਵਧੀਆ ਲੱਗਿਆ ਲਾਈਕ ਕਰ ਦਿਉ ਕਲਿੱਕ ਕਰ ਦਿਉ ਜੇ ਤੁਹਾਨੂੰ ਨਹੀਂ ਚੰਗਾ ਲੱਗਾ ਦੋ ਵਾਰੀ ਫਿਰ ਡਿਸਲਾਈਕ ਕਲਿੱਕ ਕਰ ਦਿਉ ਤਾਂ ਸਾਨੂੰ ਦਿਉ ਇਜਾਜ਼ਤ ਇਜਾਜ਼ਤ ਮਿਲਦੇ ਹਾਂ ਅਗਲੇ ਵਲੌਗ ਮਿਲਦੇ ਹਾਂ ਅਗਲੇ ਵਲੌਗ 'ਚ ਜਿਉਂਦੇ ਰਹੋ ਜਿਉਂਦੇ ਰਹੋ ਵੱਸਦੇ ਰਹੋ ਰੱਬ ਰੱਖ